150 ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਸਰਕਾਰ ਕਰਨ ਜਾ ਰਹੀ ਹੈ ਡਿਪੋਰਟ ਡਿਪੋਰਟ ਹੋਣ ਵਾਲੇ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਉੱtre ਐਨਡੀਪੀ ਜੀ ਹਾਂ ਤੁਹਾਨੂੰ ਦੱਸਦੀ ਕਿ ਕੈਨੇਡਾ ਦੇ ਵਿੱਚ ਇੱਕ ਮਾਮਲਾ ਬਿੱਤੇ ਦਿਨਾਂ ਤੋਂ ਬਹੁਤ ਜ਼ਿਆਦਾ ਗਰਮਾਇਆ ਹੋਇਆ ਸੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਪੰਜਾਬੀ ਸਟੂਡੈਂਟਸ ਜਿੰਨੇ ਵੀ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਈ ਕਰ ਰਹੇ ਨੇ ਉਹਨਾਂ ਦੇ ਵਿੱਚੋਂ 700 ਬੱਚਿਆਂ ਦੇ ਕਾਗਜ਼ ਜਿਹੜੇ ਨੇ ਐਡਮਿਸ਼ਨ ਫਾਰਮ ਜਿਹੜੇ ਨੇ ਉਹ ਫਰਜ਼ੀ ਨਿਕਲੇ ਜਦੋਂ ਇਹ ਖੁਲਾਸਾ ਹੁੰਦਾ ਤਾਂ ਉਹਨਾਂ ਬੱਚਿਆਂ ਨੂੰ ਉਹਨਾਂ 700 ਵਿਦਿਆਰਥੀਆਂ ਨੂੰ ਕੈਨੇਡਾ ਦੀ ਸਰਕਾਰ ਡਿਪੋਰਟ ਕਰਨ ਦਾ ਐਲਾਨ ਕਰਦੀ ਹੈ ਤੁਹਾਨੂੰ ਦੱਸਦੀ ਹੈ ਕਿ 29 ਮਈ ਨੂੰ ਉਹਨਾਂ 700 ਦੇ ਵਿੱਚੋਂ 150 ਵਿਦਿਆਰਥੀਆਂ ਨੂੰ ਡਿਪੋਰਟ ਕੀਤਾ ਜਾਣਾ ਜਿਨ੍ਹਾਂ ਦੇ ਹੱਕ ਦੇ ਵਿੱਚ ਐਨਡੀਪੀ ਉੱਤਰੀ ਹੈ ਜੀ ਹਾਂ ਨਿਊ ਡੈਮੋਕ੍ਰੈਟਿਕ ਪਾਰਟੀ ਉਹਨਾਂ ਬੱਚਿਆਂ ਦੇ ਹੱਕ ਦੇ ਵਿੱਚ ਉੱਤਰੀ ਹੈ ਜਿਹੜੇ ਪੰਜਾਬੀ 150 ਵਿਦਿਆਰਥੀਆਂ ਨੂੰ ਡਿਪੋਰਟ ਕੀਤਾ ਜਾਣਾ ਸੀ ਐਨਡੀਪੀ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਨੂੰ ਥੋੜਾ ਗੌਰ ਫਰਮਾਉਣਾ ਚਾਹੀਦਾ ਹੈ ਕਿਉਂਕਿ ਉਹ ਬੱਚੇ ਜਿਹੜੇ ਨੇ ਕਿਸੇ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਨੇ ਉਹਨਾਂ ਨੇ ਕੈਨੇਡਾ ਸਰਕਾਰ ਦੇ ਨਾਲ ਕੋਈ ਵੀ ਧੋਖਾ ਨਹੀਂ ਕੀਤਾ ਨਾ ਹੀ ਉਹਨਾਂ ਨੇ ਫਰਜ਼ੀ ਕਾਗਜ਼ ਬਣਾਏ ਬਸ ਉਹ ਤਾਂ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਨੇ ਜਿਨ੍ਹਾਂ ਨੇ ਉਸ ਤੋਂ ਪੈਸੇ ਬੱਚਿਆਂ ਤੋਂ ਤਾਂ ਪੈਸੇ ਲੈ ਲਏ ਪਰ ਜਿਹੜਾ ਕੈਨੇਡਾ ਦੇ ਵਿੱਚੋਂ ਉਹਨਾਂ ਦੇ ਕਾਗਜ਼ ਪੱਤਰ ਪੂਰੇ ਨਹੀਂ ਕੀਤੇ ਸਗੋਂ ਉਹਨਾਂ ਨੂੰ ਫਰਜ਼ੀ ਕਾਗਜ਼ਾ ਦੇ ਨਾਲ ਕੈਨੇਡਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਭੇਜ ਦਿੱਤਾ ਮਾਮਲਾ ਜਿਹੜਾ ਹੈ ਕਾਫੀ ਗਰਮਾ ਗਿਆ ਸੀ ਜਦੋਂ ਬੱਚੇ 700 ਵਿਦਿਆਰਥੀ ਪੀਆਰ ਦੇ ਲਈ ਅਪਲਾਈ ਕਰਦੇ ਨੇ ਤਾਂ ਇਹ ਪਾਇਆ ਜਾਂਦਾ ਹੈ ਕਿ 700 ਦੇ 700 ਬੱਚਿਆਂ ਦੇ ਜਿਹੜੇ ਕਾਗਜ਼ ਨੇ ਉਹ ਫਰਜ਼ੀ ਨੇ ਜਾਲੀ ਨੇ ਜਿਸ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਕੈਨੇਡਾ ਸਰਕਾਰ ਡਿਪੋਰਟ ਕਰਨ ਦਾ ठान ਲੈਂਦੀ ਹੈ ਪਰ ਹੁਣ ਐਨਡੀਪੀ ਨੇ ਜਿਹੜਾ ਟਵੀਟ ਕਰਕੇ ਮੰਤਰੀ ਫਰੇਜ਼ਰ ਨੂੰ ਟੈਗ ਕਰਕੇ ਜਿਹੜਾ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਅਜਿਹਾ ਨਾ ਕੀਤਾ ਜਾਏ ਕਿਉਂਕਿ ਬੱਚੇ ਜਿਹੜੇ ਨੇ ਫਰਜ਼ੀ ਕਾਗਜ਼ ਉਹਨਾਂ ਨੇ ਖੁਦ ਨਹੀਂ ਤਿਆਰ ਕੀਤੇ ਬੱਚੇ ਤਾਂ ਇੱਥੇ ਪੜ੍ਹਾਈਆਂ ਕਰਕੇ ਇੱਕ ਸੁਪਨਾ ਲੈ ਕੇ ਆਏ ਸੀ ਕਿ ਉਹ ਇੱਥੇ ਦੀ ਪੀਆਰ ਲੈ ਲੈਣਗੇ ਤੇ ਆਪਣੇ ਪਰਿਵਾਰ ਦਾ ਪੂਰਕ ਸਵਾਰਣਗੇ ਪਰ ਬੱਚਿਆਂ ਨੂੰ ਕੀ ਪਤਾ ਸੀ ਕਿ ਉਹਨਾਂ ਨਾਲ ਕੀ ਵਾਪਰ ਜਾਣਾ ਇਸ ਦਾ ਜਵਾਬ ਦਿੰਦੇ ਹੋਏ ਮੰਤਰੀ ਫਰੇਜ਼ਰ ਨੇ ਵੀ ਕਿਹਾ ਕਿ ਇਸ ਗੱਲ ਦੇ ਉੱਤੇ ਗੌਰ ਜ਼ਰੂਰ ਫਰਮਾਇਆ ਜਾਏਗਾ ਬੱਚਿਆਂ ਨੂੰ ਇੱਥੇ ਰੱਖਣ ਦੇ ਲਈ ਤੇ ਉਹਨਾਂ ਦੇ ਹਿੱਤ ਦੇ ਵਿੱਚ ਕੋਈ ਅਲੱਗ ਰਸਤਾ ਜਿਹੜਾ ਉਹ ਲੱਭਿਆ ਜਾਵੇਗਾ ਜੀ ਹਾਂ ਤੁਹਾਨੂੰ ਦੱਸਦੀ ਕਿ ਹੁਣ ਕੈਨੇਡਾ ਸਰਕਾਰ ਵੀ ਐਗਰੀ ਕਰ ਰਹੀ ਹੈ ਕਿ ਬੱਚਾ ਦੀ ਕੋਈ ਗਲਤੀ ਨਹੀਂ ਹੈ ਉਹ ਇਸ ਗੱਲ ਨੂੰ ਮੰਨਦੇ ਨੇ ਕਿ ਬੱਚੇ ਜਿਹੜੇ ਨੇ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਸੀ ਤੇ ਜ਼ਰੂਰ ਕੋਈ ਦੂਸਰਾ ਰਾਹ ਜਿਹੜਾ ਹੈ ਬੱਚਿਆਂ ਦੇ ਹੱਕ ਦੇ ਵਿੱਚ ਜੋ ਬੱਚਿਆਂ ਦੇ ਹਿੱਤ ਦੇ ਵਿੱਚ ਹੋਏ ਉਹ ਜ਼ਰੂਰ ਲੱਭਿਆ ਜਾਏਗਾ ਅਸੀਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਕਾਫੀ ਲੋਕ ਵਿਦੇਸ਼ ਜਾ ਕੇ ਭਵਿੱਖ ਸਵਾਰਨ ਦੀਆਂ ਗੱਲਾਂ ਸੋਚਦੇ ਨੇ ਪਰ ਕਈ ਅਜਿਹੇ ਏਜੰਟ ਹੁੰਦੇ ਨੇ ਜੋ ਬੱਚਿਆਂ ਨੂੰ ਠੱਗ ਲੈਂਦੇ ਨੇ ਜਿਵੇਂ ਕਿ ਜਲੰਧਰ ਦੇ ਵਿੱਚ ਇੱਕ ਏਜੰਟ ਦੁਆਰਾ 700 ਬੱਚਿਆਂ ਦੇ ਨਾਲ ਠੱਗੀ ਕੀਤੀ ਗਈ ਜੀ ਹਾਂ ਜਿੰਨੇ ਵੀ ਕੈਨੇਡਾ ਦੇ ਵਿੱਚ ਜਾਲੀ ਕਾਗਜ਼ ਪੱਤਰਾ ਦੇ ਨਾਲ ਵਿਦਿਆਰਥੀ ਜਿਹੜੇ ਰਹਿ ਰਹੇ ਸੀਗੇ ਉਹ ਸਾਰੇ ਇੱਕੋ ਹੀ ਏਜੰਟ ਤੋਂ ਵੀਜ਼ਾ ਲਗਵਾ ਕੇ ਆਏ ਸੀ ਜਿਸ ਤੋਂ ਬਾਅਦ ਇਹ ਖੁਲਾਸਾ ਹੁੰਦਾ ਹੈ ਕਿ ਬੱਚਿਆਂ ਦੀ ਕੋਈ ਗਲਤੀ ਨਹੀਂ ਹੈ ਕਿਉਂਕਿ ਉਹ ਤਾਂ ਏਜੰਟ ਦੇ ਠੱਗੀ ਦਾ ਸ਼ਿਕਾਰ ਹੋ ਗਏ ਕਿਉਂਕਿ ਏਜੰਟ ਨੇ ਉਹਨਾਂ ਦੇ ਦਸਤਖਤਾਂ ਜ਼ਰੂਰ ਕਾਗਜ਼ਾਂ ਤੇ ਲੈ ਲਏ ਪਰ ਆਪਣੇ ਦਸਤਖਤ ਜਿਹੜੇ ਨੇ ਨਹੀਂ ਕੀਤੇ ਸੀ ਜਿਸ ਕਰਕੇ ਉਹ ਕਾਗਜ਼ ਜਿਹੜੇ ਸੀ ਉਹ ਫਰਜ਼ੀ ਵਜਦੇ ਸੀ ਜਿਸ ਕਰਕੇ ਕੈਨੇਡਾ ਦੇ ਵੱਲੋਂ ਕਿਹਾ ਗਿਆ ਸੀ ਕਿ ਇਹ ਬੱਚੇ ਜਿਹੜੇ ਨੇ ਧੋਖਾ ਧੜੀ ਦੇ ਨਾਲ ਇੱਥੇ ਰਹਿ ਰਹੇ ਨੇ ਜਿਸ ਕਰਕੇ ਉਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਸੀ ਪਰ ਹੁਣ ਐਨਟੀਪੀ ਉਹਨਾਂ ਦੇ ਹੱਕ ਦੇ ਵਿੱਚ ਖਲੋਈ ਹੈ ਤੇ ਕੈਨੇਡਾ ਦੇ ਮੰਤਰੀ ਫਰੇਜ਼ਰ ਦਾ ਵੀ ਕਹਿਣਾ ਹੈ ਕਿ ਇਸ ਬਾਮਲੇ ਦੇ ਉੱਤੇ ਜਿਹੜਾ ਗੌਰ ਫਰਮਾਇਆ ਜਾਏਗਾ ਤੇ ਕੋਈ ਹੋਰ ਹੱਲ ਜਿਹੜਾ ਕੱਢਿਆ ਜਾਏਗਾ ਬੱਚੇ ਇੱਥੋਂ 25-30 ਲੱਖ ਰੁਪਏ ਲਾ ਕੇ ਵਿਦੇਸ਼ਾਂ ਦੇ ਵਿੱਚ ਸੋਨਾ ਭੁਮਿਕ ਦੇ ਲਈ ਜਾਂਦੇ ਨੇ ਪਰ ਏਜੰਟਾਂ ਦੇ ੱੱੱਕੇ ਚੜ ਜਾਂਦੇ ਨੇ ਇੰਨਾ ਏਜੰਟਾਂ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਇੱਕ ਵਾਰ ਜ਼ਰੂਰ ਦੱਸਿਓ ਤੇ ਜੋ ਕੈਨੇਡਾ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਬੱਚਾ ਦੇ ਹਿੱਤ ਦੇ ਵਿੱਚ ਕੋਈ ਹੋਰ ਰਾਹ ਜਿਹੜਾ ਹੈ ਉਹ ਲੱਭਿਆ ਜਾਏਗਾ ਇਸ ਬਾਰੇ ਤੁਸੀਂ ਕੈਨੇਡਾ ਸਰਕਾਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਵੀ ਜ਼ਰੂਰ ਦੱਸਣਾ